ਆਖਿਰ ਕਾਰਨ ਕੀ ਬਣਿਆ ਕਿ ਜਦੋਂ 2022 ਦੇ ਵਿੱਚ ਪੰਜਾਬੀਆਂ ਨੇ 92 MLA ਦਿੱਤੇ ਆਮ ਆਦਮੀ ਪਾਰਟੀ ਨੂੰ, ਤਾਂ 24 ਦੀ ਲੋਕ ਸਭਾ ਚੋਣ ਦੇ ਵਿੱਚ ਇੱਕ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ? ਇੱਕ ਇਹ ਵੱਡਾ ਸਵਾਲ ਹੈ, ਇਹ ਵੱਡਾ ਸਵਾਲ ਆਮ ਆਦਮੀ ਪਾਰਟੀ ਦੇ ਲਈ ਵੀ ਹੈ, ਇਹ ਵੱਡਾ ਸਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਹਨਾਂ ਦੇ ਚੁਣੇ ਹੋਏ ਜਿਹੜੇ 92 MLA ਸੀ ਕਿਸੇ ਵੇਲੇ, ਅੱਜ ਤਾਂ ਇੱਕ ਉਹਨਾਂ ਦਾ ਛੱਡ ਕੇ ਚਲਾ ਗਿਆ, 91 MLA ਰਹਿ ਗਏ, ਉਹਨਾਂ ਸਾਰਿਆਂ ਦੇ ਲਈ ਸਵਾਲ। ਆਹ ਸਵਾਲ ਪੰਜਾਬੀਆਂ ਦੇ ਲਈ ਵੀ ਇੱਕ ਵੱਡਾ ਸਵਾਲ ਹੈ ਕਿ ਜਿਸ ਪਾਰਟੀ ਤੋਂ ਤੁਹਾਨੂੰ ਵੱਡੀਆਂ ਉਮੀਦਾਂ ਜਾਗੀਆਂ, ਤੁਹਾਨੂੰ ਲੱਗਿਆ ਕਿ ਪੰਜਾਬ ਦਾ ਜੇਕਰ ਕੋਈ ਭਲਾ ਕਰ ਸਕਦੀ ਹੈ ਪਾਰਟੀ, ਤਾਂ ਉਹ ਨਾ ਸ਼੍ਰੋਮਣੀ ਅਕਾਲੀ ਦਲ ਹੈ, ਨਾ ਉਹ ਕਾਂਗਰਸ ਪਾਰਟੀ ਹੈ, ਉਹ ਇੱਕੋ ਇੱਕ ਪਾਰਟੀ ਹੈ, ਆਮ ਆਦਮੀ ਪਾਰਟੀ। ਆਖਿਰ ਇਹੋ ਜਿਹੀ ਫਿਰ ਕੀ ਗੱਲ ਹੋਈ ਕਿ ਜਿਸ ਪਾਰਟੀ ਨੂੰ ਤੁਸੀਂ 92 ਸੀਟਾਂ ਦਿੱਤੀਆਂ, ਉਸ ਪਾਰਟੀ ਤੋਂ ਤੁਹਾਡਾ ਇੱਕਦਮ ਮੋਹ ਭੰਗ ਹੋ ਗਿਆ ਕਿ ਤੁਸੀਂ ਨਮੋਸ਼ੀਜਨਕ ਹਾਰ ਦੇ ਵਿੱਚ ਧੱਕਤੀ ਉਹ ਪਾਰਟੀ? ਕਿਹੜੇ ਕਾਰਨ ਨੇ? ਇਹ ਸਵਾਲ ਪੰਜਾਬੀਆਂ ਦੇ ਲਈ ਵੱਡੇ ਸਵਾਲ ਨੇ। ਦੇਖੋ, ਅੱਜ ਪੰਜਾਬ ਇੱਕ ਤਰਾਸਦੀ ਦੇ ਵਿੱਚੋਂ ਨਿਕਲ ਰਿਹਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪੰਜਾਬ ਦੇ ਵਿੱਚ ਵੱਡੇ ਸੰਕਟ ਨੇ। ਸਭ ਤੋਂ ਜਿਹੜਾ ਵੱਡਾ ਸੰਕਟ ਹੈ ਉਹ ਸੰਕਟ ਆਰਥਿਕਤਾ ਦਾ ਸੰਕਟ ਹੈ ਕਿ ਪੰਜਾਬ ਦੇ ਸਿਰ ਜਿਹੜਾ ਦਿਨ ਬ ਦਿਨ ਚੜ੍ਹ ਰਿਹਾ ਕਰਜ਼ਾ, ਉਹ ਕਰਜ਼ਾ ਜਿਹਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਹਿੰਦੀ ਸੀ ਕਿ ਜੇ ਸਾਡੀ ਸਰਕਾਰ ਆ ਗਈ ਅਸੀਂ ਇਹ ਕਰਜ਼ਾ ਲਾ ਵੀ ਦੇਵਾਂਗੇ ਅਤੇ ਅੱਗਿਓਂ ਅਸੀਂ ਪੰਜਾਬ ਨੂੰ ਇੰਨਾ ਕੁ ਪੈਰਾਂ ਸਿਰ ਕਰ ਦਾਂਗੇ ਕਿ ਪੰਜਾਬ ਆਪਣੀ ਆਮਦਨ ਖੁਦ ਜਨਰੇਟ ਕਰੂਗਾ, ਇਹੋ ਜਿਹੇ ਅਸੀਂ ਹਿੱਲੇ ਵਸੀਲੇ ਸੋਰਸ ਪੈਦਾ ਕਰ ਦਾਂਗੇ। ਇਹ ਗੱਲਾਂ ਆਮ ਆਦਮੀ ਪਾਰਟੀ ਨੇ ਕੀਤੀਆਂ। ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚੋਂ ਬੇਰੁਜ਼ਗਾਰੀ ਦੀ ਜਿਹੜੀ ਦਰ ਹੈ ਇਸ ਨੂੰ ਘਟਾਵਾਂਗੇ ਨਹੀਂ, ਇਸ ਨੂੰ ਬਿਲਕੁਲ ਅਸੀਂ ਖਤਮ ਕਰ ਦਾਂਗੇ। ਪੰਜਾਬ ਦੀਆਂ ਜਿਹੜੀਆਂ ਸਿਹਤ ਦੀਆਂ ਸਹੂਲਤਾਂ ਨੇ ਉਹਨਾਂ ਸਹੂਲਤਾਂ ਦੇ ਨਾਲ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ, ਸਾਡੀ ਫਸਟ ਪ੍ਰਾਇਓਰਟੀ ਹੋਊਗੀ, ਪਹਿਲ ਦੇ ਆਧਾਰ ਦੇ ਉੱਪਰ ਅਸੀਂ ਸਿਹਤ ਵੱਲ ਧਿਆਨ ਦੇਵਾਂਗੇ। ਇਸ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੇ ਵਿੱਚ ਥਾਂ ਥਾਂ ਮੁਹੱਲਾ ਕਲੀਨਿਕ ਖੋਲ੍ਹਤੇ। ਇਸ ਤੋਂ ਇਲਾਵਾ ਪੰਜਾਬ ਦੀ ਇਕੋਨਮੀ ਦੀ ਜਿਹੜੀ ਰੇੜ੍ਹ ਦੀ ਹੱਡੀ ਹੈ ਉਹ ਪੰਜਾਬ ਦੀ ਖੇਤੀ ਹੈ। ਆਮ ਆਦਮੀ ਪਾਰਟੀ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਇਸ ਚੀਜ਼ ਨੂੰ ਉਭਾਰਿਆ ਕਿ ਜੇ ਸਾਡੀ ਸਰਕਾਰ ਬਣਦੀ ਹੈ 1 ਅਪ੍ਰੈਲ ਤੋਂ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਬੰਦ ਹੋ ਜਾਣਗੀਆਂ। ਅਸੀਂ ਚੁਟਕੀ ਵਜਾ ਕੇ ਵੀ ਕਿਹਾ ਕਿ 5 ਮਿੰਟ ਦੇ ਵਿੱਚ ਅਸੀਂ MSP ਦੇ ਦਾਂਗੇ, ਇਹਦੇ ਨਾਲ ਜੁੜੀਆਂ ਹੋਈਆਂ ਕਰਜ਼ਾ ਅਸੀਂ ਮਾਫ਼ ਕਰ ਦਾਂਗੇ, ਅਸੀਂ ਪੈਸਟੀਸਾਈਡ ਨੂੰ ਕੰਟਰੋਲ ਦੇ ਵਿੱਚ ਲੈ ਕੇ ਆਵਾਂਗੇ, ਅਸੀਂ ਪਾਣੀਆਂ ਦੇ ਉੱਪਰ ਖਾਸ ਇੱਕ ਪਾਲਿਸੀ ਬਣਾਵਾਂਗੇ, ਅਸੀਂ ਖੇਤੀ ਦੇ ਉੱਪਰ ਇੱਕ ਖਾਸ ਪਾਲਿਸੀ ਬਣਾਵਾਂਗੇ। ਇਹ ਸਾਰੀਆਂ ਗੱਲਾਂ ਆਮ ਆਦਮੀ ਪਾਰਟੀ ਨੇ ਕੀਤੀਆਂ। ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ VIP ਕਲਚਰ ਪੰਜਾਬ ਦੇ ਵਿੱਚੋਂ ਖਤਮ ਕਰ ਦਾਂਗੇ। ਪੰਜਾਬ ਦੇ ਜਿਹੜੇ ਸਿਆਸਤਦਾਨ ਨੇ ਐਸ਼ ਪ੍ਰਸਤੀ ਦਾ ਜਿਹੜੇ ਜੀਵਨ ਜੀ ਰਹੇ ਨੇ, ਆਪਣੇ ਪਰਿਵਾਰ ਨੂੰ ਅੱਗੇ ਵਧਾ ਰਹੇ ਨੇ ਸਿਆਸਤ ਦੇ ਵਿੱਚ, ਬਿਜ਼ਨਸ ਦੇ ਵਿੱਚ, ਅਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਚੀਜ਼ਾਂ ਅਸੀਂ ਖਤਮ ਕਰ ਦਿਆਂਗੇ। ਇਸ ਤੋਂ ਇਲਾਵਾ ਜਿਹੜੀਆਂ ਸੰਸਥਾਵਾਂ ਦੇ ਉੱਪਰ ਕਬਜ਼ੇ ਹੋਏ ਹੋਏ ਨੇ ਪਰਿਵਾਰਵਾਦ ਦੇ, ਅਸੀਂ ਉਹਨਾਂ ਸੰਸਥਾਵਾਂ ਨੂੰ ਵੀ ਆਜ਼ਾਦ ਕਰਾ ਦਿਆਂਗੇ। ਅਸੀਂ ਇੱਕ ਇਹੋ ਜਿਹੀ ਫੀਜ਼ਾ ਬਣਾ ਦਿਆਂਗੇ ਪੰਜਾਬ ਦੀ, ਜਿਹਦੇ 'ਚ ਹਰ ਇੱਕ ਬੰਦਾ ਸਾਹ ਲੈ ਸਕਦਾ। ਜਦੋਂ ਅਸੀਂ ਪੰਜਾਬ ਦੀ ਖੇਤੀ ਨੂੰ ਪੈਰਾਂ ਸਿਰ ਕਰਤਾ, ਜਦੋਂ ਅਸੀਂ ਪੰਜਾਬ ਦੀ ਇਕੋਨਮੀ ਨੂੰ ਪੈਰਾਂ ਸਿਰ ਕਰਤਾ, ਜਦੋਂ ਅਸੀਂ ਪੰਜਾਬ ਨੂੰ ਪੈਰਾਂ ਸਿਰ ਕਰਤਾ, ਜਦੋਂ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਉੱਪਰ ਜਿਸ ਯੂਥ ਨੇ ਪ੍ਰਵਾਸ ਕੀਤਾ, ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਜਿਹੜੇ ਲੋਕ ਗਏ ਯੂਥ ਆਪਣਾ ਉੱਥੇ ਫਿਊਚਰ ਤਲਾਸ਼ਣ ਗਿਆ, ਜਦੋਂ ਉਹ ਯੂਥ ਇੱਥੇ ਮੁੜਿਆ ਆ, ਉਸ ਯੂਥ ਨੂੰ ਵੀ ਅਸੀਂ ਪੈਰਾਂ ਸਿਰ ਕਰਤਾ, ਉਸ ਨੂੰ ਵੀ ਜਦੋਂ ਅਸੀਂ ਰੁਜ਼ਗਾਰ ਦੇਤੇ, ਤਾਂ ਫਿਰ ਅਸੀਂ ਪੰਜਾਬ ਦੇ ਲੋਕਾਂ ਦੇ ਲਈ ਨਵੀਆਂ ਸਹੂਲਤਾਂ ਦੇਵਾਂਗੇ। ਅਸੀਂ ਸਹੂਲਤਾਂ ਦੇਵਾਂਗੇ ਕਿ ਹਰ ਇੱਕ ਬੀਬੀ ਨੂੰ ਅਸੀਂ 1,000 ਰੁਪਇਆ ਦੇਵਾਂਗੇ, ਕਿਉਂਕਿ ਸਾਡੇ ਖਜ਼ਾਨੇ 'ਚ ਯਾਰ ਪੈਸੇ ਹੀ ਇੰਨੇ ਆ ਜਾਣਗੇ।
ਕਿ ਉਸ ਪੈਸੇ ਦਾ ਅਸੀਂ ਕਰਾਂਗੇ ਕੀ, ਸਾਡੇ ਕੋਲ ਖਰਚਣ ਦੇ ਲਈ ਕਿਤੇ ਥਾਂ ਨਹੀਂ ਹੋਣੀ, ਇਸ ਕਰਕੇ ਉਹ ਪੰਜਾਬ ਦੇ ਲੋਕਾਂ ਦਾ ਹੀ ਪੈਸਾ ਹੋਊਗਾ, ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਉਹ ਸਾਰਾ ਪੈਸਾ ਵੰਡ ਦੇਵਾਂਗੇ। ਆਮ ਆਦਮੀ ਪਾਰਟੀ ਨੇ ਇਹ ਗੱਲਾਂ ਕੀਤੀਆਂ। ਪੰਜਾਬੀਆਂ ਨੂੰ ਲੱਗਿਆ, ਪੰਜਾਬ ਨੂੰ ਲੱਗਿਆ ਕਿ ਖੌਰੇ ਯਾਰ ਕਿਸੇ ਨਵੇਂ ਯੁੱਗ ਦੀ ਸ਼ੁਰੂਆਤ ਹੋ ਜੂਗੀ, ਕਿ ਮੁੱਖ ਮੰਤਰੀ ਸਾਹਿਬ, ਵੱਡੇ ਵੱਡੇ ਐਮ ਐਲ ਏ, ਵੱਡੇ ਵੱਡੇ ਮੰਤਰੀ ਸਾਹਿਬਾਨ ਲਾਈਨਾਂ ਦੇ ਵਿੱਚ ਖੜ ਕੇ ਗੈਸ ਦੇ ਸਿਲੰਡਰ ਭਰਾਇਆ ਕਰਨਗੇ। ਇੱਕ ਲੋਕਾਂ ਨੂੰ ਲੱਗਿਆ ਕਿ ਇੱਕ ਨਵਾਂ ਯੁੱਗ ਆ ਜੂਗਾ, ਪੰਜਾਬ ਤਾਂ ਖੌਰੇ ਬਦਲ ਜੂਗਾ, ਪੰਜਾਬ ਦੇ ਵਿੱਚ ਪਤਾ ਨਹੀਂ ਕੀ ਹੋ ਜੂਗਾ, 70 ਸਾਲ ਤੋਂ ਤਾਂ ਅਸੀਂ ਹਨੇਰੇ ਦੇ ਵਿੱਚ ਬੈਠੇ ਸੀ, ਹੁਣ ਸਾਡੇ ਚਾਨਣ ਦਾ ਦਿਨ ਆ ਗਿਆ ਅਤੇ ਇਹ ਦਿਨ ਹੁਣ ਚੜੂਗਾ। ਇਹ ਸਾਰੀਆਂ ਗੱਲਾਂ ਆਮ ਆਦਮੀ ਪਾਰਟੀ ਨੇ ਕੀਤੀਆਂ, ਪਰ ਹੋਇਆ ਕੀ? ਹੋਇਆ ਕੀ ਦੋਸਤੋ, 2022 ਦੇ ਵਿੱਚ 92 ਐਮ ਐਲ ਏ ਦੇ ਤੇ ਅਤੇ ਅੱਗੇ ਲੋਕ ਸਭਾ ਦੀ ਚੋਣ ਆ ਗਈ 24 ਦੀ। ਇਸ 24 ਦੀ ਚੋਣ ਦੇ ਵਿੱਚ ਪੰਜਾਬੀਆਂ ਦਾ ਮੋਹ ਭੰਗ ਹੋ ਗਿਆ ਆਮ ਆਦਮੀ ਪਾਰਟੀ ਤੋਂ। ਮੋਹ ਭੰਗ ਇਸ ਕਦਰ ਹੋ ਗਿਆ ਕਿ ਸਿਰਫ 3 ਸੀਟਾਂ ਆਮ ਆਦਮੀ ਪਾਰਟੀ ਜਿੱਤ ਪਾਈ। 3 ਸੀਟਾਂ ਕਿਹੜੀਆਂ ਨੇ? ਮੀਤ ਹੇਰ ਬਰਨਾਲਾ ਤੋਂ ਜਿੱਤੇ, ਪੰਜਾਬ ਦੇ ਖੇਡ ਮੰਤਰੀ, ਅਤੇ ਰਾਜਕੁਮਾਰ ਚੱਬੇਵਾਲ ਜਿਹੜੇ ਕਾਂਗਰਸ ਦੇ ਐਮ ਐਲ ਏ ਸੀ, ਕਾਂਗਰਸ ਦੀ ਐਮ ਐਲ ਏ ਸ਼ਿਪ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ। ਕੁਛ ਸਮਾਂ ਆਮ ਆਦਮੀ ਪਾਰਟੀ ਦੇ ਵਿੱਚ ਲਾਇਆ ਉਹਨਾਂ ਨੇ, ਫਿਰ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਟਿਕਟ ਅਨਾਊਂਸ ਹੋ ਗਈ ਹੁਸ਼ਿਆਰਪੁਰ ਤੋਂ। ਚੱਬੇਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਹੁਣ ਐਮ ਪੀ ਬਣ ਗਏ ਅਤੇ ਦੂਜੀ ਸੀਟ ਉਹ ਜਿੱਤੀ। ਤੀਜੀ ਸੀਟ ਸ਼੍ਰੀ ਅਨੰਦਪੁਰ ਸਾਹਿਬ ਦੀ ਜਿੱਤੀ, ਜਿੱਥੇ ਆਮ ਆਦਮੀ ਪਾਰਟੀ ਦੇ ਇੱਕ ਨੌਜਵਾਨ ਆਗੂ ਮਾਲਵਿੰਦਰ ਸਿੰਘ ਕੰਗ, ਜਿਹੜੇ ਮੁੱਖ ਬੁਲਾਰੇ ਵੀ ਹੈਗੇ ਨੇ ਪਾਰਟੀ ਦੇ, ਉਹ ਜਿੱਤੇ। ਸਿਰਫ 3 ਜਿੱਤੇ, 10 ਥਾਵਾਂ ਦੇ ਉੱਪਰ ਆਮ ਆਦਮੀ ਪਾਰਟੀ ਹਾਰ ਗਈ ਅਤੇ ਕਈ ਥਾਵਾਂ ਦੇ ਉੱਪਰ ਤਾਂ ਚਲੋ ਇੱਦਾਂ ਵੀ ਰਿਹਾ ਕਿ ਕਾਫੀ ਵੋਟ ਪਈ, ਥੋੜ੍ਹਾ ਜਿਹਾ ਮਾਰਜਨ ਦੇ ਨਾਲ ਹਾਰ ਹੋਈ, ਪਰ ਦੋਸਤੋ ਹਾਰ ਤਾਂ ਹਾਰ ਹੁੰਦੀ ਹੈ, ਇਸ ਚੀਜ਼ ਤੋਂ ਮੌਨਕਰ ਨਹੀਂ ਹੋਇਆ ਜਾ ਸਕਦਾ। ਆਮ ਆਦਮੀ ਪਾਰਟੀ ਦੇ ਹਾਰ ਦੇ ਕਾਰਨ ਕਿਹੜੇ ਰਹੇ ਨੇ? ਦੇਖੋ, ਕਈ ਤਾਂ ਇਮੋਸ਼ਨਲ ਫੈਕਟਰ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਹਾਰ ਵੱਲ ਧੱਕਿਆ। ਕੁਛ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੇ, ਕੁਛ ਆਮ ਆਦਮੀ ਪਾਰਟੀ ਦੀਆਂ ਰਣਨੀਤੀਆਂ ਨੇ, ਕੁਛ ਕੰਮਕਾਜ ਨੇ, ਕੁਛ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਜ਼ਿਆਦਾ ਬੋਲਣਾ ਜਿਹੜਾ ਪੰਜਾਬ ਨੂੰ ਚੰਗਾ ਨਾ ਲੱਗਿਆ, ਇਹ ਚੀਜ਼ ਵੀ ਨਾਲ ਨਾਲ ਹੈ। ਸਭ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੇ, ਜਦੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਵੱਡੇ ਇੱਕ ਮਾਰਜਨ ਦੇ ਨਾਲ ਜਿੱਤ ਗਏ, ਵੱਡੀਆਂ ਜਦੋਂ ਕਿਹਨਾਂ ਨੂੰ ਲੀਡ ਦੇ ਵਿੱਚ ਵੋਟਾਂ ਪੈ ਗਈਆਂ, ਤਾਂ ਆਮ ਆਦਮੀ ਪਾਰਟੀ ਦੇ ਐਮ ਐਲ ਏ, ਸਾਰੇ ਤਾਂ ਨਹੀਂ ਖੈਰ, ਮੈਂ ਕੁਛ ਐਮ ਐਲ ਏ ਦੀ ਗੱਲ ਕਰ ਰਿਹਾ, ਉਹਨਾਂ ਨੂੰ ਲੱਗਿਆ ਕਿ ਯਾਰ ਸਾਡੇ ਵਰਗਾ ਤਾਂ ਬੰਦਾ ਹੀ ਪੰਜਾਬ ਦੇ ਵਿੱਚ ਕੋਈ ਹੋਰ ਨਹੀਂ। ਆਹ ਦੇਖੋ, ਅਕਾਲੀ ਕਾਂਗਰਸੀ ਨਕਾਰਤੇ ਲੋਕਾਂ ਨੇ, ਅਕਾਲੀ ਕਾਂਗਰਸੀ ਕਰਦੇ ਖਤਮ, ਮੈਨੂੰ ਚੁਣ ਲਿਆ ਐਮ ਐਲ ਏ, ਯਾਨੀ ਕਿ ਹੁਣ ਮੈਂ ਬਣ ਗਿਆ ਪੋਲੀਟੀਸ਼ੀਅਨ, ਮੇਰੇ ਵਰਗਾ ਹੁਣ ਕੋਈ ਸਿਆਸਤਦਾਨ ਨਹੀਂ ਹੈ। ਤਾਂ ਆਮ ਆਦਮੀ ਪਾਰਟੀ ਨੇ ਕੀ ਕੀਤਾ, ਉਹ ਆਪਣੇ ਆਪ ਨੂੰ ਫਿਰ ਉਹ ਅਕਾਲੀ ਕਾਂਗਰਸੀਆਂ ਤੋਂ ਜਾਂ ਜਿਹੜੇ ਹੋਰ ਇੱਕ ਮਜੇ ਹੋਏ ਸਿਆਸਤਦਾਨ ਸੀ ਉਹਨਾਂ ਤੋਂ ਉੱਪਰ ਸਮਝਣ ਲੱਗ ਪਏ। ਉਹਨੂੰ ਲੱਗਿਆ ਕਿ ਜੇ ਸਾਸੀ 50,000 ਦੇ ਲੀਡ ਦੇ ਨਾਲ ਜਿੱਤ ਰਹੇ ਹਾਂ ਤਾਂ ਅਕਾਲੀ ਕਾਂਗਰਸੀਆਂ ਨੂੰ ਸਿਆਸਤ ਦਾ ਕਾਹਦਾ ਪਤਾ, ਜਾਂ ਹੋਰ ਜਿਹੜੇ ਸਿਆਸਤਦਾਨ ਤੁਰੇ ਫਿਰਦੇ ਨੇ ਇਹਨਾਂ ਨੂੰ ਕਾਹਦਾ ਪਤਾ? ਜੇਕਰ ਇਹਨਾਂ ਨੂੰ ਕਿਸੇ ਚੀਜ਼ ਦਾ ਪਤਾ ਹੁੰਦਾ ਤਾਂ ਲੋਕਾਂ ਨੇ ਸਾਨੂੰ ਵੋਟਾਂ ਕਿਉਂ ਪਾਉਣੀਆਂ ਸੀ? ਇਸ ਕਰਕੇ ਕਹਿੰਦੇ ਕਿ ਅਸੀਂ ਵੱਧ ਕਾਬਲ ਹਾਂ, ਅਸੀਂ ਜਾਣਦੇ ਹਾਂ ਕਿ ਵੋਟਾਂ ਕਿਵੇਂ ਪਵਾਉਣੀਆਂ ਨੇ, ਸਾਨੂੰ ਪਤਾ ਖੁੱਲ੍ਹੀ ਵੋਟ ਕਿਵੇਂ ਪੈਂਦੀ ਹੁੰਦੀ ਹੈ, ਅਸੀਂ ਐਮ ਐਲ ਏ ਬਣ ਗਏ। ਉਸ ਤੋਂ ਬਾਅਦ ਕੀ ਕੀਤਾ, ਪਿੰਡਾਂ ਦੇ ਵਿੱਚ 2-2, 3-3 ਧੜੇ ਹੁੰਦੇ ਨੇ, ਇੱਕ ਤਾਂ ਉਹ ਲੋਕ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਸੀ, ਜਿਹੜੇ 12-13 ਵਾਲੇ ਟਨਿਓਰ ਤੋਂ ਜੁੜੇ ਸੀ, ਉਹ ਲੋਕ ਸੀ 12-13 ਵਾਲੇ ਜਿਹੜੇ ਸੱਚਮੁੱਚ ਚਾਹੁੰਦੇ ਸੀ ਕਿ ਬਦਲਾਅ ਆਵੇ, ਕੋਈ ਦੇਸ਼ ਦੇ ਵਿੱਚ ਤਬਦੀਲੀ ਆਵੇ, ਭ੍ਰਿਸ਼ਟਾਚਾਰ ਦੀ। ਜੇਕਰ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕਰਦੀ ਹੈ ਤਾਂ ਭ੍ਰਿਸ਼ਟਾਚਾਰ ਖਤਮ ਹੋਵੇ, ਪਰ ਉਹਨਾਂ ਲੋਕਾਂ ਨੂੰ ਪਾਸੇ ਕਰਤਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੇ, ਕਹਿੰਦੇ ਕਿ ਹੁਣ ਅਸੀਂ ਆ ਗਏ ਨਵੇਂ ਬੰਦੇ, ਜਿਹੜੀ ਤੁਹਾਡੀ ਇਹ ਟੀਮ ਹੈ ਤੁਸੀਂ ਪਿੱਛੇ ਹੋ ਜਾਓ, ਹੁਣ ਅਸੀਂ ਆਪਣੀ ਇੱਕ ਅਲੱਗ ਟੀਮ ਬਣਾਵਾਂਗੇ।
ਉਹ ਟੀਮ ਕਿਹੜੀ ਸੀ? ਉਹ ਟੀਮ ਸੀ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚੋਂ ਬੰਦੇ ਲੈ ਕੇ ਆਉਣੇ। ਜਦੋਂ ਉਹਨਾਂ ਬੰਦੇ ਨੂੰ ਲੈ ਕੇ ਪੁਰਾਣੇ ਬੰਦੇ ਜਿਹੜੇ ਪੁਰਾਣੇ ਵਰਕਰ ਸੀ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਸਿਰ ਦੇ ਉੱਪਰ ਬਿਠਾਤਾ ਗਿਆ ਤਾਂ ਆਮ ਆਦਮੀ ਪਾਰਟੀ ਨੂੰ ਇੱਥੇ ਇੱਕ ਨਮੋਸ਼ੀਜਨਕ ਹਾਰ ਦਾ ਜਿਹੜਾ ਦੋਸਤ ਸਾਹਮਣਾ ਕਰਨਾ ਪਿਆ। ਜਿਹੜੀ ਹਲਕਿਆਂ ਦੇ ਵਿੱਚ ਵੋਟ ਘਟੀ ਹੈ ਉਹ ਇਹ ਕਾਰਨ ਸਭ ਤੋਂ ਜਿਹੜਾ ਹੈਗਾ ਇੱਕ ਉਹ ਮੇਨ ਪ੍ਰਮੁੱਖ ਕਾਰਨ ਹੈ। ਦੂਜਾ ਕਾਰਨ ਹੈਗਾ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਪੋਲਿਸੀਆਂ ਨੀਤੀਆਂ ਜਿਹਨਾਂ ਦੀ ਗੱਲ ਚੱਲੀ ਸੀ, ਜਿਵੇਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਭ੍ਰਿਸ਼ਟਾਚਾਰ ਖਤਮ ਕਰ ਦੇਂਗੇ, ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਪੱਖੋਂ ਅਤੇ ਹੈਲਥ ਦੇ ਪੱਖੋਂ ਪੰਜਾਬ ਨੰਬਰ 1 ਹੋਊਗਾ। ਇਸ ਤੋਂ ਇਲਾਵਾ ਪੰਜਾਬ ਦੇ ਜਿਹੜੇ ਪਾਣੀ ਲੁੱਟ ਖਸੁੱਟ ਹੋ ਰਹੀ ਹੈ ਇਹਨਾਂ ਦੇ ਲਗਾਤਾਰ ਹਿਸਾਬ ਕਿਤਾਬ ਲਏ ਜਾਣਗੇ, ਪੰਜਾਬ ਦੇ ਵਪਾਰ ਦੇ ਲਈ ਇੱਕ ਨਵੇਂ ਰਾਹ ਖੁੱਲ੍ਹੇ ਜਾਣਗੇ, ਪੰਜਾਬ ਦੀ ਕਿਸਾਨੀ ਨੂੰ ਇੱਕ ਨਵੀਂ ਦਸ਼ਾ ਅਤੇ ਦਿਸ਼ਾ ਦਿੱਤੀ ਜਾਊਗੀ, ਇੱਕ ਜਿਹੜੇ ਹਾਲਾਤ ਨੇ ਇਹਨਾਂ ਦੇ ਵਿੱਚ ਸੁਧਾਰ ਕੀਤਾ ਜਾਊਗਾ। ਜਦੋਂ ਇਹ ਸਭ ਕੁਛ ਪੰਜਾਬੀਆਂ ਦੇ ਨਜ਼ਰ ਨਾ ਆਇਆ ਤਾਂ ਪੰਜਾਬੀਆਂ ਦਾ ਮੋਹ ਭੰਗ ਹੋ ਗਿਆ। ਇਹ ਰਹੀ ਇਹਨਾਂ ਦੀ ਪੋਲਿਸੀਆਂ ਦੀ ਗੱਲ। ਤੀਜਾ ਸੀ ਕਿ ਜਿਹੜਾ ਫੈਕਟਰ ਮੈਂ ਕਿਹਾ ਸੀ ਕਿ ਇੱਕ ਇਮੋਸ਼ਨਲ ਫੈਕਟਰ, ਜਿਵੇਂ ਸਿੱਧੂ ਮੂਸੇਵਾਲਾ ਦੀ ਡੈਥ ਹੁੰਦੀ ਹੈ, ਸਿੱਧੂ ਮੂਸੇਵਾਲਾ ਦੀ ਜਿਸ ਦਰਦਨਾਕ ਤਰੀਕੇ ਦੇ ਨਾਲ ਮੌਤ ਹੁੰਦੀ ਹੈ ਉਹਦੇ ਤੋਂ ਇਕੱਲਾ ਪੰਜਾਬ ਹੀ ਨਹੀਂ, ਹਿੰਦੁਸਤਾਨ ਹੀ ਨਹੀਂ, ਜਿੱਥੇ ਜਿੱਥੇ ਵੀ ਉਸ ਨੌਜਵਾਨ ਗਾਇਕ ਨੂੰ ਚਾਹੁਣ ਵਾਲੇ ਬੈਠੇ ਸੀ ਉਹਨਾਂ ਦਾ ਦਿਲ ਝੰਜੋੜਿਆ ਗਿਆ। ਅਤੇ ਉਹਨਾਂ ਨੂੰ ਇਹ ਗੱਲ ਮਹਿਸੂਸ ਵੀ ਹੋਈ ਕਿ ਆਮ ਆਦਮੀ ਪਾਰਟੀ ਦੇ ਵਿੱਚ ਪੰਜਾਬ ਦੇ ਇੱਕ ਨਾਮਵਰ ਜਿਹਦਾ ਦੁਨੀਆਂ ਦੇ ਵਿੱਚ ਇੱਕ ਵੱਡਾ ਨਾਮ ਹੈ ਉਹ ਸਿੰਗਰ ਦਾ ਮਾਰੇ ਜਾਣਾ, ਔਰ ਕਲਾ ਦੇ ਖੇਤਰ ਦੇ ਨਾਲ ਸੰਬੰਧਿਤ ਬੰਦੇ ਸਰਕਾਰ ਦੇ ਵਿੱਚ ਹੋਣ, ਕਲਾ ਦੇ ਖੇਤਰ ਦੇ ਨਾਲ ਸੰਬੰਧਿਤ ਬੰਦੇ ਸਰਕਾਰ ਚਲਾ ਰਹੇ ਹੋਣ, ਕਿ ਉਹਨਾਂ ਹੀ ਦੁਨੀਆਂ ਦੇ ਇੱਕ ਉੱਭਰਦਾ ਜਿਹੜਾ ਸਟਾਰ ਸੀ ਜਿਹਨੇ ਆਪਣੀ ਹਿੰਮਤ ਦੇ ਨਾਲ ਪਿੰਡੋਂ ਤੁਰ ਕੇ ਇਸ ਪੂਰੇ ਸੰਸਾਰ ਦੇ ਵਿੱਚ ਆਪਣਾ ਨਾਮ ਬਣਾਇਆ ਸੀ, ਉਹਦਾ ਇੱਦਾਂ ਮਾਰਿਆ ਜਾਣਾ ਉਹ ਪੰਜਾਬੀਆਂ ਨੂੰ ਨਾ ਖੁਸ਼ਗਵਾਰ ਲੱਗਿਆ। ਅਤੇ ਪੰਜਾਬੀਆਂ ਨੇ ਸਿਮਰਜੀਤ ਸਿੰਘ ਮਾਨ ਜਿਤਾ ਅਤੇ ਸੰਗਰੂਰ ਤੋਂ ਜਿਹੜੀ ਬਾਏ ਚੋਣ ਹੋਈ ਸੀ। ਇਹ ਇੱਕ ਵੱਡਾ ਇਮੋਸ਼ਨਲ ਫੈਕਟਰ ਰਿਹਾ। ਇੱਕ ਫੈਕਟਰ ਆਹ ਵੀ ਰਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਲੋੜ ਤੋਂ ਵੱਧ ਬੋਲਣਾ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਅਕਾਲੀ ਦਲ ਵਾਲਿਆਂ ਦੀ ਬੇਇੱਜ਼ਤੀ ਕੀਤੀ, ਜਿਸ ਤਰੀਕੇ ਨਾਲ ਬੇਇੱਜ਼ਤੀ ਇਹਨਾਂ ਨੇ ਕਾਂਗਰਸ ਵਾਲਿਆਂ ਦੀ ਕੀਤੀ, ਉਹ ਚੀਜ਼ ਦੇਖੋ ਕਿ ਪੰਜਾਬੀਆਂ ਦਾ ਇੱਕ ਸੁਭਾਅ ਹੁੰਦਾ ਅੱਜ ਤੋਂ ਨਹੀਂ ਸਦੀਆਂ ਤੋਂ ਰਿਹਾ। ਜਿਹੜੇ ਲੋਕ ਹਿਸਟਰੀ ਪੰਜਾਬ ਦੀ ਅਤੇ ਪੰਜਾਬ ਦੇ ਕਲਚਰ ਦੇ ਸਟੂਡੈਂਟ ਹੈਗੇ ਨੇ ਜਾਂ ਰਹੇ ਨੇ, ਉਹ ਇਸ ਚੀਜ਼ ਨੂੰ ਤਾਂ ਚੰਗੀ ਤਰ੍ਹਾਂ ਸਮਝਦੇ ਨੇ ਕਿ ਪੰਜਾਬ ਜਾਂ ਪੰਜਾਬੀ ਇੱਕ ਵਾਰ ਕਿਸੇ ਰਾਜੇ ਨੂੰ ਸੱਤਾ ਦੇ ਕੇ ਅਗਲੇ ਦਿਨ ਉਸ ਤੋਂ ਉਲਟ ਹੋ ਜਾਂਦਾ ਪੰਜਾਬ। ਅਤੇ ਜਦੋਂ ਬਾਰ ਬਾਰ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਵਰਕਰਾਂ ਨੂੰ ਤੱਕ ਖੁਦ ਮਹਿਸੂਸ ਹੋਇਆ ਕਿ ਇਹ ਸਭ ਕੁਛ ਠੀਕ ਨਹੀਂ ਹੋ ਰਿਹਾ ਹੈਗਾ। ਉਹਦਾ ਇੱਕ ਨੈਗਟਿਵ ਪ੍ਰਭਾਵ ਗਿਆ, ਇੱਕ ਪੂਰੇ ਪੰਜਾਬ ਦੇ ਵਿੱਚ ਨੈਗਟਿਵ ਵੇਵ ਗਈ ਉਸ ਚੀਜ਼ ਦੀ ਵੱਧ ਬੋਲਣ ਦੀ, ਅਤੇ ਇਸ ਕਰਕੇ ਜਿਹੜਾ ਨੁਕਸਾਨ ਸੀ ਉਹ ਨੁਕਸਾਨ ਹੋ ਗਿਆ ਆਮ ਆਦਮੀ ਪਾਰਟੀ ਦਾ। ਸੋ ਹੁਣ ਆਮ ਆਦਮੀ ਪਾਰਟੀ ਮੰਥਨ ਕਰ ਰਹੀ ਹੈ, ਦੇਖਣ ਵਾਲਾ ਹੋਊਗਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਮੰਥਨ ਹੈ ਕਿੰਨਾ ਕੁ ਸਹਾਇਕ ਸਿੱਧ ਹੋਊਗਾ। ਜੋ ਵੀ ਅਪਡੇਟ ਹੋਊਗਾ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ।